ਤੁਸੀਂ ਇੱਥੇ ਇਮਾਨਦਾਰੀ ਦੀ ਗੱਲ ਕਰ ਰਹੇ, ਬਾਹਰ ਇੱਕ ਵੀਡੀਓ ਵਾਇਰਲ ਹੋ ਗਈ ਆ, ਤੁਹਾਡਾ ਇੱਕ ਚੇਅਰਮੈਨ ਮਾਰਕੀਟ ਕਮੇਟੀ ਦਾ ਗੁਰਪ੍ਰੀਤ ਪੁੱਛਰ ਫੜਿਆ ਗਿਆ ਪੈਸੇ ਲੈਂਦਾ ਕੈਮਰੇ ਦੇ ਉੱਤੇ। ਸਿਸਟਮ ਇਮਾਨਦਾਰੀ ਨਾਲ ਇੰਨਾ ਲੈ ਕੇ ਜਾਵਾਂਗੇ ਕਿ ਜਿਹੜਾ ਪਹਿਲਾਂ 50-50 ਹਜ਼ਾਰ ਕਰੋੜ ਲੱਖ ਕਰੋੜ ਰੁਪਇਆ ਪਿੰਡਾਂ ਦੇ ਵਿੱਚ ਲੱਗਿਆ ਕਦੇ ਦਿਖਿਆ ਨੀਗਾ, ਉਹ ਇਸ ਵਾਰ ਦਿਖੂਗਾ। ਜਿਹੜਾ ਮੇਰਾ ਛੋਟਾ ਵੀਰ ਗੱਲ ਕਰ ਰਿਹਾ ਸੀ, ਮੈਂ ਤੈਨੂੰ ਹੋਰ ਤਰ੍ਹਾਂ ਟੋਕ ਰਿਹਾ ਸੀਗਾ। ਤੁਸੀਂ ਇੱਥੇ ਇਮਾਨਦਾਰੀ ਦੀ ਗੱਲ ਕਰ ਰਹੇ, ਬਾਹਰ ਇੱਕ ਵੀਡੀਓ ਵਾਇਰਲ ਹੋ ਗਈ ਆ, ਤੁਹਾਡਾ ਇੱਕ ਚੇਅਰਮੈਨ ਮਾਰਕੀਟ ਕਮੇਟੀ ਦਾ ਗੁਰਪ੍ਰੀਤ ਪੁੱਛਰ ਫੜਿਆ ਗਿਆ ਪੈਸੇ ਲੈਂਦਾ ਕੈਮਰੇ ਦੇ ਉੱਤੇ। ਮੈਂ ਚੀਮਾ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਵੀ ਜਦੋਂ ਲੋਕਾਂ ਦੇ ਲਈ ਕੰਮ ਕਰੋਗੇ ਤਾਂ ਵਿਰੋਧੀ ਬਹੁਤ ਕੁਝ ਕਹਿਣਗੇ, ਬਹੁਤ ਕੁਝ ਕਰਨਗੇ। ਜਿਹੜੀ ਸਭ ਤੋਂ ਵੱਡੀ ਗੱਲ ਉਹ ਇਹ ਆ ਵੀ ਬਜਟ ਅੱਗੇ ਵੀ ਪਾਸ ਹੁੰਦੇ ਸੀ ਸਰ, ਦੋ ਪ੍ਰਾਪਤੀਆਂ ਦੱਸ ਦੇਣਾ ਆਪਣੀ 2 ਮਿੰਟ ਦੇ ਵਿੱਚ। ਮੈਂ ਆਪਣੇ ਸਾਥੀ ਵੀ ਦੱਸਣਾ ਚਾਹੁੰਦੇ ਆ, ਮੈਂ 2 ਮਿੰਟ ਦੇ ਵਿੱਚ ਕਰ ਦਿੰਦਾ। 1,96,462 ਕਰੋੜ ਨੂੰ ਸਰ ਮੈਂ ਇੰਨਾ ਨਹੀਂ ਮੰਨਦਾ, ਇਹਨੂੰ ਮੈਂ ਮੰਨਦਾ ਘੱਟੋ ਘੱਟ 10 ਲੱਖ ਕਰੋੜ ਦਾ ਬਜਟ ਆ। ਹੁਣ ਸਾਰੇ ਕਹਿਣਗੇ ਵੀ ਇੰਨਾ ਕਿਵੇਂ ਵਧਾਤਾ, ਅੱਗੇ ਇਹ ਸੀਗਾ ਜੀ ਜੇ ਤਾਂ ਤੋਂ 1,000 ਰੁਪਇਆ ਚੱਲਦਾ ਸੀ ਥੱਲੇ 800-700 ਪਿੰਡਾਂ ਦੇ ਵਿੱਚ ਜਾਂਦਾ, 100 ਰੁਪਈਏ ਰਹਿ ਜਾਂਦਾ ਸੀ 1,000 ਤੋਂ 100 ਰੁਪਇਆ। ਪਰ ਜਿਹੜਾ ਆਪਣੇ ਵਾਲੇ ਪੈਸੇ ਨੇ ਜਿਹੜੇ ਲੋਕਾਂ ਤੱਕ ਜਾਣਗੇ, ਸਿਸਟਮ ਇਮਾਨਦਾਰੀ ਨਾਲ ਇੰਨਾ ਲੈ ਕੇ ਜਾਵਾਂਗੇ ਕਿ ਜਿਹੜਾ ਪਹਿਲਾਂ 50-50 ਹਜ਼ਾਰ ਕਰੋੜ ਲੱਖ ਕਰੋੜ ਰੁਪਇਆ ਪਿੰਡਾਂ ਦੇ ਵਿੱਚ ਲੱਗਿਆ ਕਦੇ ਦਿਖਿਆ ਨੀਗਾ, ਉਹ ਇਸ ਵਾਰ ਦਿਖੂਗਾ। ਤੇ ਸਿਹਤ ਤੇ ਐਜੂਕੇਸ਼ਨ ਦੀ ਗੱਲ ਕਰਦੇ ਆ, ਸਾਡੇ ਜਦੋਂ ਤੁਸੀਂ ਗੱਲ ਕਰੋਗੇ ਲੋਕਾਂ ਦੀ ਤਾਂ ਪ੍ਰੋਬਲਮ ਹੋ ਜਾਂਦੀ ਆ। ਸਾਡੇ ਜਿਹਨਾਂ ਨੇ ਏਜੰਡਾ ਸੈੱਟ ਕੀਤਾ ਐਜੂਕੇਸ਼ਨ ਦਾ ਤੇ ਸਿਹਤ ਦਾ, ਮਨੀਸ਼ ਸਿਸੋਦੀਆ ਜੀ ਖਹਿਰਾ ਸਾਹਿਬ ਪਹਿਲੀ ਵਾਰ ਬੋਲ ਰਹੇ ਹਾਂ ਦੋ ਖਹਿਰਾ ਸਾਹਿਬ ਇੱਕ ਮਿੰਟ ਐਜੂਕੇਸ਼ਨ ਤੇ ਸਿਹਤ ਤੇ ਕੰਮ ਕਰਨ ਦੇ ਵਿੱਚ ਮੇਰੇ ਭਰਾ ਵੀ ਬੈਠੇ ਨੇ ਬੀਜੇਪੀ ਵਾਲੇ, ਕਹਿੰਦੇ ਵੀ ਮੈਂ ਚੀਮਾ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਵੀ ਜਦੋਂ ਲੋਕਾਂ ਦੇ ਲਈ ਕੰਮ ਕਰੋਗੇ ਤਾਂ ਵਿਰੋਧੀ ਬਹੁਤ ਕੁਝ ਕਹਿਣਗੇ, ਬਹੁਤ ਕੁਝ ਕਰਨਗੇ। ਜਦੋਂ ਪਤਾ ਲੱਗਦਾ ਵੀ ਕੋਈ ਸਰਕਾਰ ਸਿਹਤ ਦਾ ਤੇ ਐਜੂਕੇਸ਼ਨ ਦਾ ਏਜੰਡਾ ਸੈੱਟ ਕਰਦੀ ਆ, ਫਿਰ ਦੇਸ਼ ਦੀਆਂ ਵੱਡੀਆਂ ਤੋਂ ਵੱਡੀਆਂ ਪਾਰਟੀਆਂ ਨੂੰ ਡਰ ਲੱਗਣ ਲੱਗ ਜਾਂਦਾ। ਤਾਂ ਜਿਹੜੇ ਬੰਦੇ ਨੇ ਦੇਸ਼ ਦੇ ਵਿੱਚ ਸਕੂਲ ਬਣਾਏ, ਜਿਹੜੇ ਬੰਦੇ ਨੇ ਹਸਪਤਾਲ ਬਣਾਏ, ਜਿਹੜੇ ਬੰਦਿਆਂ ਨੂੰ, ਜਿਹੜੇ ਮੰਤਰੀਆਂ ਨੂੰ ਦੁਨੀਆ ਨੇ ਅਵਾਰਡ ਦਿੱਤਾ, ਤੇ ਜਿਹੜੀ ਸਾਡੀ ਸਭ ਤੋਂ ਵੱਡੀ ਦੇਸ਼ ਦੀ ਸਰਕਾਰ ਆ, ਉਹਨਾਂ ਨੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਤਾ। ਤੇ ਮੈਂ ਆਪਣੇ ਮੰਤਰੀਆਂ ਨੂੰ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਦੋਂ ਆਪਾਂ ਲੋਕਾਂ ਦੇ ਲਈ ਕੰਮ ਕਰਾਂਗੇ, ਰਾਹ ਔਖੇ ਬਹੁਤ ਆਉਣਗੇ, ਪਰ ਲੋਕਾਂ ਦੇ ਲਈ ਕੰਮ ਕਰਦੇ ਰਹਿਣਾ, ਬਾਹਲਾ ਕਿਸੇ ਨੇ ਫਰਕ ਇਹਨਾਂ ਦਾ ਕਰਨਾ ਨੀਗਾ। ਸਰ ਤੁਸੀਂ ਮੌਕਾ ਦਿੱਤਾ ਬੋਲਣ ਦਾ, ਇਹਦੇ ਲਈ ਬਹੁਤ ਬਹੁਤ ਧੰਨਵਾਦ। ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਪਹਿਲਾਂ ਆਪਣਾ ਬੋਲਣਾ ਸ਼ੁਰੂ ਕਰ ਲਿਆ, ਵਿੱਚ ਗੱਲ ਕਰ ਲਿਓ ਤੁਸੀਂ। ਤੁਹਾਡੇ ਕੋਲ 10 ਮਿੰਟ ਦਿੱਤੇ ਨੇ ਪਾਰਟੀ ਨੇ, 12:33 ਹੋ ਗਏ ਨੇ। ਸ਼ੁਕਰੀਆ ਡਿਪਟੀ ਸਪੀਕਰ ਸਾਹਿਬ। ਬਜਟ ਦੇ ਉੱਤੇ ਮੈਂ ਥੋੜ੍ਹੀ ਜਿਹੀ ਪੰਛੀ ਚਾਤ ਬੇਸਿਕ ਜਿਹੀਆਂ ਗੱਲਾਂ, ਕਿਉਂਕਿ ਮੈਂ ਕੋਈ ਐਡਾ ਆਰਥਿਕ ਮਾਹਰ ਨਹੀਂ ਗਾ, ਲੇਕਿਨ ਜਿਹੜੀ ਬੇਸਿਕ ਜਿਹੜੀ ਨਿਗਾਹ ਵਾ ਉਹ ਦੱਸਦੀ ਆ ਕਿ ਇੱਕ ਤਾਂ 31,000 ਕਰੋੜ ਰੁਪਏ ਦਾ ਸਪੀਕਰ ਸਾਹਿਬ ਡਿਪਟੀ ਸਪੀਕਰ ਸਾਹਿਬ ਵਿੱਚ ਇਸ ਬਜਟ 'ਚ ਨਵੇਂ ਇਸ ਬਜਟ 'ਚ ਪਿਛਲੇ ਸਾਲ 'ਚ ਇਜ਼ਾਫਾ ਹੋਇਆ ਜੀ ਕਰਜ਼ੇ ਵਿੱਚ ਜੀ, ਔਰ ਜਿਹੜਾ 2023-24 ਦੀ ਪ੍ਰੋਜੈਕਸ਼ਨ ਹੈ ਡੈਟ ਦੀ ਉਹ ਤਕਰੀਬਨ 35,000 ਕਰੋੜ ਰੁਪਇਆ। ਸੋ ਅਗਰ ਇਸ ਸਪੀਡ ਦੇ ਉੱਤੇ ਕਰਜ਼ਾ ਚੱਕੀ ਜਾਊਗੀ ਸਰਕਾਰ, ਅਤੇ ਬਾਏ ਦੀ ਐਂਡ ਆਫ 5 ਈਅਰਸ ਅਗਰ ਪੂਰੀ ਕੰਪਲੀਟ ਹੁੰਦੀ ਟਰਮ, ਤਾਂ ਸਮਝ ਲਓ ਕਿ 2-2 ਲੱਖ ਕਰੋੜ ਰੁਪਇਆ ਕਰਜ਼ਾ। ਜਿਹੜਾ ਮੇਰਾ ਛੋਟਾ ਵੀਰ ਗੱਲ ਕਰ ਰਿਹਾ ਸੀ, ਮੈਂ ਤੈਨੂੰ ਹੋਰ ਤਰ੍ਹਾਂ ਟੋਕ ਰਿਹਾ ਸੀਗਾ। ਤੁਸੀਂ ਇੱਥੇ ਇਮਾਨਦਾਰੀ ਦੀ ਗੱਲ ਕਰ ਰਹੇ, ਬਾਹਰ ਇੱਕ ਵੀਡੀਓ ਵਾਇਰਲ ਹੋ ਗਈ ਆ, ਤੁਹਾਡਾ ਇੱਕ ਚੇਅਰਮੈਨ ਮਾਰਕੀਟ ਕਮੇਟੀ ਦਾ ਗੁਰਪ੍ਰੀਤ ਪੁੱਛਰ ਫੜਿਆ ਗਿਆ ਪੈਸੇ ਲੈਂਦਾ ਕੈਮਰੇ ਦੇ ਉੱਤੇ।